ਵੋਟਾਂ ਦੀ ਕਾਊਂਟਿੰਗ ਸ਼ੁਰੂ ਹੋ ਗਈ ਹੈ। ਜਲੰਧਰ ਸੀਟ ਦੀ ਗੱਲ ਕਰੀਏ ਤਾਂ ਚੌਧਰੀ ਸੰਤੋਖ ਸਿੰਘ ਇਸ ਸੀਟ ਤੋਂ ਅੱਗੇ ਚੱਲ ਰਹੇ ਨੇ। ਨੀਟੂ ਸ਼ਟਰਾਂ ਵਾਲਾ ਆਜ਼ਾਦ ਉਮੀਦਵਾਰ ਨੇ, ਸਾਡੇ ਨਾਲ ਮੌਜੂਦ ਨੇ। ਤੁਹਾਨੂੰ 5 ਵੋਟਾਂ ਹੀ ਪਈਆਂ ਨੇ? ਸਰ, ਮੇਰੇ ਘਰ ਦੀਆਂ 9 ਵੋਟਾਂ ਹੈਗੀਆਂ ਵਾ ਤੇ ਮੈਨੂੰ 5 ਪਈਆਂ ਸਰ। ਮਤਲਬ ਪਰਿਵਾਰ ਵਾਲੇ ਨੇ ਵੋਟ ਨਹੀਂ ਪਾਈ? ਨਹੀਂ ਸਰ, ਮਿਹਨਤ ਕੀਤੀ, ਲੱਗਦਾ ਬੇਈਮਾਨੀ ਕੀਤੀ ਗਈ ਵੋਟਾਂ ਦੇ ਵਿੱਚ। ਤੁਹਾਨੂੰ ਕੀ ਲੱਗ ਰਿਹਾ ਸੀਗਾ, ਪ੍ਰਚਾਰ ਪ੍ਰਸਾਰ ਤੁਸੀਂ ਬਹੁਤ ਕਰਿਆ ਸੀਗਾ, ਕੀ ਲੱਗ ਰਿਹਾ ਤੁਹਾਨੂੰ, ਵੀ ਹੇਰਾਫੇਰੀ ਹੋਈ ਹੈ ਜਾਂ ਫਿਰ ਕਰਦੀਆਂ 9 ਵੋਟਾਂ ਉਹਨਾਂ ਚੋਂ ਵੀ 5 ਹੀ ਵੋਟਾਂ ਪਈਆਂ ਫਿਰ? ਨਹੀਂ ਸਰ, ਇੱਦਾਂ ਨਹੀਂ, ਜਿਹਨਾਂ ਨੇ ਬੇਈਮਾਨੀ ਕੀਤੀ ਮਸ਼ੀਨਾਂ ਵਿੱਚ ਬੇਈਮਾਨੀ ਹੋਈ ਹੋਈ ਕਿਸੇ ਲੰਘੇ ਨੇ। ਇੰਨੀਆਂ ਵੋਟਾਂ ਮੇਰੇ ਮਹੱਲੇ ਨੇ ਕਸਮ ਖਾ ਕੇ, ਚਿੰਤਪੁਰਨੀ ਮਾਤਾ ਦੀ ਕਸਮ ਖਾ ਕੇ ਵੋਟਾਂ ਪਾਈਆਂ ਉਹਨਾਂ ਨੇ ਲੋਕਾਂ ਨੇ। ਕੀ ਲੱਗ ਰਿਹਾ ਤੁਹਾਨੂੰ, ਕੀ ਕਹਿਣਾ ਚਾਹੁੰਦੇ? ਸਹੀ, ਅੱਗੇ ਤੋਂ ਨਹੀਂ ਇਲੈਕਸ਼ਨ ਲੜਨੇ ਸਰ, ਮੈਂ ਜੇ ਇੱਦਾਂ ਲੜਨੇ ਤਾਂ ਫਾਇਦਾ ਕੀ, ਆਪਾਂ ਬੜੀ ਮਜਬੂਰੀ ਨਾਲ ਇਲੈਕਸ਼ਨ ਲੜੇ ਆ। ਜਲਦੀ ਹੌਸਲਾ ਛੱਡੀ ਜਾਂਦੇ ਸਰ, ਕੀ ਕਰੀਏ, ਵੋਟਾਂ ਹੀ 5 ਪਈਆਂ ਸਰ ਸਾਨੂੰ। ਕਰਦੀਆਂ 9 ਵੋਟਾਂ ਤੁਸੀਂ ਕਹਿ ਰਹੇ ਹੋ, ਫਿਰ ਤੁਹਾਨੂੰ ਇਤਬਾਰ ਹੀ ਨਹੀਂ, ਕਰਦਿਆਂ ਨੇ ਸਪੋਰਟ ਨਹੀਂ ਕਰਿਆ, ਫਿਰ ਬਾਹਰਲੇ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਕੁਛ ਨਹੀਂ ਕਰਦਾ, ਵੋਟਾਂ ਵਾਲੇ ਜਿਹੜੇ ਆਪਣੇ ਵੋਟਾਂ ਪਾਉਣ ਜਾਂਦੇ ਆ ਉਹ ਵੀ ਚੋਰ ਵੀ ਆ ਮੇਰੇ ਹਿਸਾਬ ਨਾਲ। ਜਦੋਂ ਨਿਸ਼ਾਨ ਲਾਉਂਦੇ ਆ, ਕਿਉਂ ਨਿਸ਼ਾਨ ਲਾਉਂਦੇ ਆ? ਨਿਸ਼ਾਨ ਤਾਂ ਲਾਉਂਦੇ ਕਿ ਦੁਬਾਰਾ ਬੰਦਾ ਵੋਟ ਨਾ ਪਾ ਸਕੇ। ਆਹ ਸਾਡਾ ਚੋਰੀ ਹੋ ਗਿਆ ਸੀ, ਚੋਰ ਹੀ ਆ ਕਿਸ ਹਿਸਾਬ ਦੇ ਇਹਨਾਂ ਨੇ ਸਰ ਸਾਰਾ ਕੁਛ ਮਤਲਬ ਨਹੀਂ ਕੀ ਕੀਤਾ ਸਰ। ਅੱਗੇ ਤੋਂ ਨਹੀਂ ਇਲੈਕਸ਼ਨ ਲੜਨੇ ਕਦੀ ਸਰ, ਮੈਂ ਬੜੀ ਮਜਬੂਰੀ ਨਾਲ ਇਲੈਕਸ਼ਨ ਲੜੇ ਸੀਗੇ, ਪਰ ਲੇਕਿਨ ਉਹ ਹੱਲ ਨਹੀਂ ਹੋਇਆ ਸਰ, ਕੁਛ ਨਹੀਂ ਹੱਲ ਹੋਇਆ। ਨੀਟੂ ਸ਼ਟਰਾਂ ਵਾਲਾ ਸਾਡੇ ਨਾਲ ਮੌਜੂਦ ਸੀ, ਆਜ਼ਾਦ ਚੋਣ ਲੜਿਆ ਇਹਨਾਂ ਨੇ ਜਲੰਧਰ ਸੀਟ ਦੀ ਗੱਲ ਕਰੀਏ ਤਾਂ ਇਹਨਾਂ ਦਾ ਇਹੀ ਕਹਿਣਾ ਹੈ ਕਿ ਪਰਿਵਾਰ ਦੀਆਂ 9 ਵੋਟਾਂ ਨੇ ਪਰ ਇਹਨਾਂ ਨੂੰ ਕੁੱਲ 5 ਹੀ ਵੋਟਾਂ ਪਈਆਂ ਨੇ, ਯਾਨੀ ਘਰ ਦੇ ਲੋਕਾਂ ਨੇ ਵੀ, ਘਰ ਦੇ ਮੈਂਬਰਾਂ ਨੇ ਵੀ ਵੋਟ ਨਹੀਂ ਪਾਇਆ ਨੀਟੂ ਸ਼ਟਰਾਂ ਵਾਲੇ ਨੂੰ। ਇਹਨਾਂ ਦਾ ਇਹੀ ਕਹਿਣਾ ਹੈ ਕਿ ਅੱਗੇ ਤੋਂ ਚੋਣ ਨਹੀਂ ਲੜਨਗੇ। ਕੈਮਰਾਮੈਨ ਅਨਿਲ ਦੇ ਨਾਲ ਵਿਕਰਮ ਸਿੰਘ, ਜਗਮਨ ਟੀਵੀ, ਜਲੰਧਰ।